ਰਾਵੀ ਹੈ ਜਿਹੜੀ ਬੋਰਡਰ ਪਰ ਤੋਂ ਬਾਹਰਲੀ ਹੈ ਜੀ ਪਰ ਕਲਚਰਲ ਬਹੁਤ ਆ ਉਹ ਪੰਜਾਬੀ ਨੂੰ ਬਹੁਤ ਪਿਆਰ ਕਰਦੀ ਆ ਇੱਕ ਪੰਜਾਬੀ ਤਾਂ ਪੰਜਾਬੀ ਗਾਣੇ ਬਹੁਤ ਲਾਈਕ ਕਰਦੀ ਆ ਵੈਸੇ ਸੱਚੀ ਤੁਸੀਂ ਮੁੰਡਾ ਹੁੰਦੇ ਤਾਂ ਕਿਹੜੀਆਂ ਪੰਜ ਚੀਜ਼ਾਂ ਕਰਦੇ ਜਿਹੜੇ ਮੁੰਡੇ ਕਰਦੇ ਤੇ ਕੁੜੀਆਂ ਨਹੀਂ ਕਰਦੀਆਂ ਮੁੰਡੇ ਨੂੰ ਸਿਰਫ ਹੇਅਰ ਕੱਟ ਦੀ ਜ਼ਰੂਰਤ ਹੁੰਦੀ ਆ ਬੀਅਰਡ ਲਾਈਨ ਅਪ ਦੀ ਜ਼ਰੂਰਤ ਹੁੰਦੀ ਆ ਕਿੰਨੀ ਛੇਤੀ ਹੋ ਜਾਂਦੇ ਰੈਡੀ ਕਿੰਨੀ ਛੇਤੀ ਹੋ ਜਾਂਦੇ ਆ ਇਹ ਜੀ ਵਿਆਹ ਤੋਂ ਬਾਅਦ ਆਪਣੇ ਮੰਮੀ ਦੀ ਜੁੜਾ ਦੇ ਘਰ ਵਿੱਚ ਸਭ ਤੋਂ ਵੱਡੀ ਤੇ ਸੋਚ ਜਾਂਦੇ ਆ ਇਹ ਮੈਨੂੰ ਲੱਗਦਾ ਸੋਖਾ ਫਿਲਮ ਦੇ ਸੈੱਟ ਦੇ ਉੱਤੇ ਜ਼ਿਆਦਾ ਕੰਮ ਮਿਊਜ਼ਿਕ ਵੀਡੀਓ ਸੈੱਟ ਤੇ ਕਿਉਂਕਿ ਸਾਰਾ ਮਿਊਜ਼ਿਕ ਵੀਡੀਓ ਤੋਂ ਜ਼ਿਆਦਾ ਸਟ੍ਰੈਸਫੁਲ ਹੁੰਦਾ ਨਾ ਕੰਮ ਤੋਂ ਉਹਦੇ ਵਿੱਚ ਮਿਊਜ਼ਿਕ ਵੀਡੀਓ ਖਤਮ ਕਰ ਲੈਂਦੀ ਆ ਅਰਮਾਨ ਨੂੰ ਮੈਂ ਪਹਿਲੀ ਵਾਰੀ 에어ਪੋਰਟ ਤੇ ਮਿਲੀ ਸੀਗੀ ਮੈਨੂੰ ਲੱਗਿਆ ਉਹਦੇ ਮਾਸਕ ਉਹਦੋਂ ਕੋਵਿਡ ਚੱਲਦਾ ਸੀ ਕੋਵਿਡ ਟਾਈਮ ਤੇ ਮਾਸਕ ਲੱਗਿਆ ਸੀ ਉਹਦੇ ਮੈਂ ਦੇਖਿਆ ਮੈਂ ਕਿਹਾ ਆਈ ਥਿੰਕ ਦਸ ਅਰਮਾਨ ਹੈ ਨਾ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਸੀਂ ਟ੍ਰੇਲਰ ਲਿਆ ਨੇ ਮੁੰਡੇ ਕੁੱਟਣ ਨੂੰ ਵਰਦੀ ਹੱਥ ਕੱਢਾ ਕੇ ਭਰਾ ਤੁਹਾਡਾ ਦੇਖਣਾ ਅੱਛਾ ਅੱਛਾ ਅਲੇ ਲਾਓ ਚੈੱਕ ਕਰਦਾ ਇੱਥੇ ਇੱਥੇ ਮਾਰੋ ਜ਼ੋਰ ਦੀ ਵਿਦ ਫੋਰਸ ਆ ਇੰਨਾ ਨਹੀਂ ਕੁੱਟ ਹੋਣੇ ਐਦਾਂ ਥੋੜੇ ਕੁੱਟ ਹੋਣੇ ਮੈਂ ਮਾਰਾਂ ਜੀ ਰਹਿਣ ਦਾ ਚੱਲੋ ਹਜੇ ਪ੍ਰਮੋਸ਼ਨ ਹੋਰ ਵੀ ਕਰਨੀ ਹੈ ਕੀ ਹਾਲ ਚਾਲ ਆ ਚਾਹੀਦਾ ਹਜੇ ਹੱਥ ਕੀ ਹਾਲ ਚਾਲ ਹਾਂਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਜੈਟ ਲੈਂਡਿੰਗ ਤਾਂ ਨਹੀਂ ਹੋਈ ਹੋ ਹਾਂਜੀ ਜੈਟ ਲੈਂਡਿੰਗ ਤਾਂ ਨਹੀਂ ਹੋਈ ਨਹੀਂ 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 ਉਹ ਨਹੀਂ ਹੁੰਦੀ ਮੈਨੂੰ ਪਰ ਉਹ ਨਹੀਂ ਹੁੰਦੀ ਕਿਉਂ ਪਤਾ ਨਹੀਂ ਕਿਉਂ ਨਹੀਂ ਹੁੰਦੀ ਯੂ ਆਰ ਬੋਰਨ ਬਰਾਟਾ ਮੈਨੂੰ ਕਹਿਣਾ ਹਾਂਜੀ ਹਾਂਜੀ 에어ਪੋਰਟ ਨੇੜੇ ਸੀ ਨਹੀਂ ਨਹੀਂ 에어ਪੋਰਟ ਤਾਂ ਉਧਰ ਤਾਂ ਨੇੜੇ ਆ ਹਾਂਜੀ ਪਰ ਪਤਾ ਨਹੀਂ ਜੈਟ ਲੈਗ ਮੈਨੂੰ ਹੁੰਦੀ ਨਹੀਂ ਹਾਂ ਮਤਲਬ ਸ਼ਾਵਾਨੀ ਗਿਰਧਾਰੀ ਲਾਲ ਦੀ ਗੱਲ ਕਰ ਲਈਏ ਚਾਹੇ ਹੁਣ ਆਪਾਂ ਗੱਲ ਕਰੀਏ ਯਾਰ ਮੇਰਾ ਤਤਲੀਆ ਵਰਗਾ ਇੱਕ ਪਿੰਡ ਦੀ ਕੁੜੀ ਦਾ ਕਿਰਦਾਰ ਨਾ ਬਹੁਤ ਸਿੰਪਲ ਸਦੀ ਸਿੱਧੇ ਇੱਥੇ ਆ ਕੇ ਦਾੜ ਦਾੜ ਮਤਲਬ ਡਿਫਰੈਂਸ ਤੇ ਇਹਦੇ ਵਿੱਚ ਆਪਣੇ ਆਪ ਨੂੰ ਲੱਭਿਆ ਜੋ ਉਹਦੇ ਵਿੱਚ ਆਪਣੇ ਆਪ ਨੂੰ ਲੱਭਦੇ ਹੋ ਇਹਦੇ ਵਿੱਚ ਜ਼ਿਆਦਾ ਲੱਭਿਆ ਉਹਦੇ ਨਾਲ ਮਤਲਬ ਹਾਂ ਇਹਦੇ ਵਿੱਚ ਜ਼ਿਆਦਾ ਲੱਭਿਆ ਆਪਣੇ ਲਈ ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਮੈਨੂੰ ਕੈਰੈਕਟਰ ਨਾਲ ਕਨੈਕਟ ਕਰਦੀਆਂ ਨੇ ਕਾਫੀ ਚਲੋ ਓਵਰਆਲ ਤਾਂ ਮੇਰਾ ਨਹੀਂ ਮਿਲਦਾ ਰੀਅਲ ਲਾਈਫ ਦਾ ਕੈਰੈਕਟਰ ਉਹਦੇ ਨਾਲ ਪਰ ਰਾਵੀ ਹੈ ਜਿਹੜੀ ਬੋਰਨ ਐਂਡ ਬ੍ਰਾਟ ਅਪ ਬਾਹਰਲੀ ਆ ਜੀ ਪਰ ਕਲਚਰਲ ਬਹੁਤ ਆ ਉਹ ਪੰਜਾਬੀ ਨੂੰ ਬਹੁਤ ਪਿਆਰ ਕਰਦੀ ਆ ਇੱਕ ਪੰਜਾਬੀ ਤਾਂ ਪੰਜਾਬੀ ਗਾਣੇ ਬਹੁਤ ਲਾਈਕ ਕਰਦੀ ਆ ਸੋ ਉਹਦਾਂ ਦੀ ਚੀਜ਼ਾਂ ਬਹੁਤ ਕਨੈਕਟ ਕੀਤੀ ਆ ਪਰਸਨੈਲਿਟੀ ਲਾਈਕ ਇੰਟਰਸਟ ਵਾਈਜ਼ ਮੈਂ ਕਨੈਕਟ ਕੀਤਾ ਰਾਵੀ ਦੇ ਨਾਲ ਜਿਹੜਾ ਟ੍ਰੇਲਰ ਤੋਂ ਬਾਅਦ ਆ ਤੁਹਾਡੇ ਨਾਲ ਤੁਸੀਂ ਖਾਣੇ ਆ ਥੈਂਕ ਯੂ ਤੇ ਇਹ ਜੋ ਟ੍ਰੇਲਰ ਹੋਇਆ ਨਾ ਉਹਦੇ ਬਾਅਦ ਦੋ ਚਾਰ ਕੁੜੀਆਂ ਨੂੰ ਪੁੱਛਿਆ ਵੀ ਫੇਵਰਟ ਸੀਨ ਕਿਹੜਾ ਲੱਗਾ ਹਰ ਇੱਕ ਨਹੀਂ ਗਿਆ ਲੱਗਾ ਇਹ ਕਾਸ਼ ਮੈਂ ਮੁੰਡਾ ਹੁੰਦੀ ਮੁੰਡੇ ਕੁੱਟ ਦੀ ਕਾਸ਼ ਮੈਂ ਮੁੰਡਾ ਹੁੰਦੀ ਕੁੱਟ ਦੀ ਤੁਹਾਡਾ ਵੀ ਡ੍ਰੀਮ ਹੈ ਇਦਾਂ ਦਾ ਕੁੱਟਣ ਦਾ ਸੋਣਾ ਮੈਂ ਸਵਾਲ ਲੰਬਾ ਕਰਦਾ ਵੀ ਇਦਾਂ ਕੁੜੀਆਂ ਨੂੰ ਕਿਉਂ ਲੱਗਦਾ ਰਹਿੰਦਾ ਕਿ ਮੁੰਡਿਆਂ ਦੀ ਲਾਈਫ ਈਜ਼ੀ ਆ ਉਹਨਾਂ ਨੂੰ ਵੀ ਇਹੀ ਗੱਲ ਪੁੱਛੀ ਮੁੰਡਿਆਂ ਲਈ ਤਾਂ ਨਾਰਮਲ ਆ ਹਨਾ ਵੀ ਸਵੇਰੇ ਉੱਠਦੇ ਆ ਚਲੋ ਚਾਹੁੰਦੇ ਆ ਵੀ ਅੱਜ ਕੋਈ ਪੰਗਾ ਪਵੇ ਹਨਾ ਕਿਉਂਕਿ ਉਹਨਾਂ ਨੂੰ ਇਦਾਂ ਹੁੰਦਾ ਹਨਾ ਆਈ ਡੋਨਟ ਨੋ ਇਦਾਂ ਸਾਨੂੰ ਤਾਂ ਹੋਇਆ ਨਹੀਂ ਕਦੇ ਜੀ ਇਦਾਂ ਹੋਇਆ ਨਹੀਂ ਕਦੇ ਨਹੀਂ ਨਹੀਂ ਮੈਨੂੰ ਲੱਗਦਾ ਵੀ ਪੰਜਾਬੀ ਮੁੰਡੇ ਇਦਾਂ ਸੋਚਦੇ ਆ ਵੀ ਚਾਹੁੰਦੇ ਆ ਵੀ ਅੱਜ ਕੁਝ ਹੋਵੇ ਹਨਾ ਜੀ ਆ ਲਾਈਕ ਪੰਗਾ ਪਵੇ ਕੋਈ ਗਾਣਿਆਂ ਚ ਕਹਿੰਦੇ ਹੁੰਦੇ ਆ ਸਰ ਮੈਨੂੰ ਲੱਗਿਆ ਬਟ ਇਹ ਕੁੜੀਆਂ ਲਈ ਨਾਰਮਲ ਨਹੀਂ ਹੈਗਾ ਇਦਾਂ ਦੀ ਚੀਜ਼ ਦੈਟਸ ਵਾਈ ਰਾਵੀ ਕਹਿੰਦੀ ਕਾਸ਼ ਮੈਂ ਵੀ ਮੁੰਡਾ ਹੁੰਦੀ ਵੀ ਮੇਰੇ ਲਈ ਵੀ ਨਾਰਮਲ ਹੁੰਦਾ ਇਦਾਂ ਦੀ ਚੀਜ਼ਾਂ ਕਰਨੀ ਨਾਰਮਲ ਹੁੰਦੀ ਤੇ ਜੇ ਵੈਸੇ ਸੱਚੀ ਤੁਸੀਂ ਮੁੰਡਾ ਹੁੰਦੇ ਤਾਂ ਕਿਹੜੀਆਂ ਪੰਜ ਚੀਜ਼ਾਂ ਕਰਦੇ ਜਿਹੜੇ ਮੁੰਡੇ ਕਰਦੇ ਤੇ ਕੁੜੀਆਂ ਨਹੀਂ ਕਰਦੀਆਂ ਕੋਈ 5 ਥਿੰਗਸ ਇੱਕ ਤਾਂ ਮੈਂ ਬਹੁਤ ਛੇਤੀ ਰੈਡੀ ਹੋ ਜਾਂਦੀ ਹੁੰਨੇ ਹੋਗੇ ਨੋ ਬਹੁਤ ਟਾਈਮ ਲੱਗਦਾ ਨਾ ਨਾ ਉਹ ਤਾਂ ਮੇਰੇ ਮਤਲਬ ਜਿੱਦਾਂ ਤੁਸੀਂ ਹੇਅਰ ਸਟਾਈਲਿਸਟ ਮੇਕਅਪ ਆਰਟਿਸਟ ਯੂ ਆਰ ਤਾਂ ਨੇਚਰਲੀ ਸੋਹਣੇ ਵੀ ਤੁਹਾਨੂੰ ਬਹੁਤ ਟਾਈਮ ਲੱਗਦਾ ਲੱਗ ਜਾਂਦੇ 2.5 ਘੰਟੇ 2.5 ਘੰਟੇ ਕਿਹਾ ਉਹਨੂੰ ਘੰਟਾ ਕ ਮੇਕਅਪ ਨੂੰ ਲੱਗ ਜਾਂਦਾ 1.5 ਘੰਟਾ ਘੰਟਾ ਕ ਵਾਲਾਂ ਨੂੰ ਲੱਗ ਜਾਂਦਾ ਕਾਸਟਿਊਮ ਪੜੇ ਹੁੰਦੇ 1.5 ਘੰਟੇ ਤਾਂ ਲੱਗ ਜਾਂਦਾ ਯਾਰ ਜਾਂਦਾ 6 ਘੰਟੇ ਲਾਉਂਗੇ ਹਾਂਜੀ ਵਿਆਹ ਨਹੀਂ 6 ਘੰਟੇ ਤਾਂ ਬਹੁਤ ਘੱਟ ਆ ਮੇਰੀ ਇੱਕ ਦਿਨ ਪਹਿਲਾਂ ਲੱਗ ਜਾਂਦੀ ਕਹਿੰਦੀ ਵੀ ਇੱਕ ਦਿਨ ਪਹਿਲਾਂ ਤਿਆਰ ਕਰਨਾ ਪੜਾ ਤੁਹਾਨੂੰ ਅੱਛਾ ਇੱਕ ਤਾਂ ਇਹ ਹੋ ਗਿਆ ਜਲਦੀ ਰੈਡੀ ਹੋ ਜੇ ਦੂਜਾ ਦੂਜਾ ਹੋ ਗਿਆ ਹੋਰ ਮੈਂ ਕੀ ਕਰੂੰਗੀ ਬਹੁਤ ਹੀ ਜ਼ਿਆਦਾ ਕੰਫਰਟੇਬਲ ਕੱਪੜੇ ਪਾਉਂਗੀ ਕਿਉਂਕਿ ਮੁੰਡੇ ਆ ਜਿਹੜੇ ਬਹੁਤ ਕੰਫਰਟੇਬਲ ਕੱਪੜੇ ਪਾਉਂਦੇ ਆ ਹਾਂ ਠੀਕ ਹੈ ਹਾਂ ਨਾ ਲੂਸ ਲੂਸ ਦੇ ਉਹ ਯਾ ਤੇ ਤੀਜੀ ਗੱਲ ਪਰ ਇੰਨੀਆਂ ਚੀਜ਼ਾਂ ਨਹੀਂ ਮੈਂ ਆਨ ਦਾ ਸਟੋਰ ਹੁਣ ਤਾਂ ਤੁਹਾਡੇ ਅੰਦਰ ਚਾਹ ਆ ਹੁਣ ਮੁੰਡਾ ਬਣਨ ਦਾ ਪਤਾ ਸਾਰੇ ਚਾਹ ਕੱਢੋ ਆਪਣੇ ਯਾਰ ਰਾਵੀ ਦੇ ਬੋਲ ਦਿੰਦੀ ਆ ਜਿਹੜਾ ਕੈਰੈਕਟਰ ਆ ਰਾਵੀ ਚਾਹੁੰਦੀ ਇੱਕ ਜਿਵੇਂ ਮੁੰਡਾ ਨਹੀਂ ਨਹੀਂ ਰਾਵੀ ਨਹੀਂ ਚਾਹੁੰਦੀ ਰਾਵੀ ਤਾਂ ਫਿਰ 4 ਅਗਸਤ ਨੂੰ ਦੇਖਾਂਗੇ ਤੇ ਸਾਨੂੰ ਆ ਪਤਾ ਲੱਗੇ ਵੀ ਤੈਨੂੰ ਕੀ ਚਾਹੁੰਦੀ ਆ ਅੱਛਾ ਦੋ ਤਾਂ ਹੋ ਗਿਆ ਪਤਾ ਨਹੀਂ ਯਾਰ ਪਤਾ ਨਹੀਂ ਮੈਂ ਵੀ ਦੱਸਿਆ ਨਾ ਮੁੰਡੇ ਦੀ ਲਾਈਫ ਈਜ਼ੀ ਨਹੀਂ ਹੁੰਦੀ ਮੇਰੇ ਕੰਮ ਕਮਾ ਕੇ ਗੱਲ ਕਹਿਣ ਦਾ ਮਤਲਬ ਇਹੀ ਸੀਗਾ ਵੀ ਮਤਲਬ ਨਹੀਂ ਮੁੰਡੇ ਦੀ ਬਹੁਤ ਈਜ਼ੀ ਹੁੰਦੀ ਆ ਮੁੰਡੇ ਨੂੰ ਸਿਰਫ ਹੇਅਰ ਕੱਟ ਦੀ ਜ਼ਰੂਰਤ ਹੁੰਦੀ ਆ ਬੀਅਰਡ ਲਾਈਨ ਅਪ ਦੀ ਜ਼ਰੂਰਤ ਹੁੰਦੀ ਆ ਕਿੰਨੀ ਛੇਤੀ ਹੋ ਜਾਂਦੇ ਰੈਡੀ ਕਿੰਨੀ ਛੇਤੀ ਹੋ ਜਾਂਦੇ ਆ ਹਨਾ ਕੋਈ ਗੱਲ ਨਹੀਂ ਕਦੇ ਨਾ ਇਸ ਟੌਪਿਕ ਉੱਪਰ ਅਸੀਂ
ਪ੍ਰੋਪਰ ਐਪੀਸੋਡ ਬਣਾਵਾਂਗੇ ਦੋ ਚਾਰ ਮੁੰਡੇ ਬਿਠਾਵਾਂਗੇ ਵੀ ਵਾਟ ਇਜ਼ ਦੀ ਡਿਫਿਕਲਟੀਜ਼ ਇਨ ਬੁਆਇਜ਼ ਲਾਈਫ ਉਹਦਾ ਤੁਹਾਨੂੰ ਲਿੰਕ ਇੰਸਟਾਗ੍ਰam ਤੇ ਲਗਾ ਕੇ ਸੈਂਡ ਕੀਤਾ ਜਾਏਗਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਡਿਫਿਕਲਟ ਆ ਮੁੰਡੇ ਦੀ ਲਾਈਫ ਕਾਫੀ ਡਿਫਿਕਲਟ ਹੁੰਦਾ ਇਹ ਦੱਸੋ ਤੇ ਸਹੀ ਹੁਣ ਤੁਸੀਂ ਕਿਵੇਂ ਡਿਫਿਕਲਟ ਨਹੀਂ ਡਿਫਿਕਲਟ ਆ ਨਾ ਵੀ ਲਾਈਫ ਦੇ ਵਿੱਚ ਚੀਜ਼ਾਂ ਮੈਨੇਜ ਕਰਨੀਆਂ ਥੋੜੀਆਂ ਜਿਆਦੀਆਂ ਔਖੀਆਂ ਮਤਲਬ ਜੇ ਆਪਾਂ ਪੰਜਾਬ ਦੀ ਸੀਰੀਅਸ ਗੱਲਾਂ ਤੁਰਪਣੀਆਂ ਮੇਰੇ ਕੋਲ ਜੱਟਦੀਆਂ ਨਹੀਂ ਹੈਗੀਆਂ ਹਣ ਫੋਰ ਐਗਜ਼ਾਮਪਲ ਕੁੜੀ ਕੁਝ ਨਹੀਂ ਕਰਦੀ ਲਾਈਫ ਦੇ ਵਿੱਚ ਉਹਦਾ ਸਿੰਪਲ ਜਿਹਾ ਆਪਣੇ ਦਾ ਵਿਆਹ ਕਰ ਦਿੰਦੇ ਵੀ ਚੱਲ ਤੂੰ ਆਪਣੀ ਅਗਲੀ ਲਾਈਫ ਕੰਟੀਨਿਊ ਕਰ ਫੋਰ ਐਗਜ਼ਾਮਪਲ ਆਪਣੇ ਜਿੱਦਾਂ ਇਦਾਂ ਇਨਾ ਅਨਪਲੋਇਮੈਂਟ ਆ ਉਹ ਨਹੀਂ ਕੁਝ ਕਰਦਾ ਉਹਦੀ ਅਗਲੀ ਲਾਈਫ ਤਾਂ ਖਤਮ ਆ ਬਸ ਸਮਝਦੀ ਆ ਵੀ ਫੈਮਿਲੀ ਨੂੰ ਸਟੇਬਲ ਰੱਖਣਾ ਤੇ ਹੁਣ ਤੋਂ ਤੁਸੀਂ ਇਹ ਚੀਜ਼ ਚੂਜ਼ ਕਰੋਗੇ ਕਿ ਤੁਸੀਂ ਬਾਹਰ ਜਾ ਕੇ ਕੰਮ ਕਰੋ ਜਾਂ ਤੁਸੀਂ ਚੂਜ਼ ਕਰੋਗੇ ਵੀ ਤੁਸੀਂ ਘਰੇ ਰਹਿ ਕੇ ਰੋਟੀ ਪਕਾਓ ਤੇ ਜੇ ਵਿਆਹ ਤੋਂ ਬਾਅਦ ਔਖਾ ਵੀ ਮੰਮੀ ਦੀ ਸੁਣਾ ਦੇ ਘਰ ਵਾਲੀ ਸੁਣਾ ਸਭ ਤੋਂ ਵੱਡੀ ਬਿਜ਼ਨਸ ਹੋ ਗਿਆ ਵੇ ਮੰਨ ਲਓ ਕਿ ਤੁਸੀਂ ਇਸ ਗੱਲ ਨੂੰ ਯੂ ਆਰ ਐਗਰੀ ਵਿਦ ਥੀਸ ਪੁਆਇੰਟਸ ਕਿ ਮੇਰਾ ਤਾਂ ਵਿਆਹ ਨਹੀਂ ਹੋਇਆ ਜੇ ਸੋ ਮੈਨੂੰ ਨਹੀਂ ਪਤਾ ਨਹੀਂ ਹੋਊਗਾ ਜੀ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਤੇ ਮੇਰਾ ਵੀ ਨਹੀਂ ਹੋਇਆ ਜੀ ਤੇ ਤੁਸੀਂ ਲਾਸਟ ਟਾਈਮ ਕਿਹਾ ਸੀ ਮੇਰਾ ਵਿਆਹ ਹੋ ਗਿਆ ਕੌਣ ਤੁਹਾਨੂੰ ਕਹਿੰਦਾ ਰਹਿੰਦਾ ਇਹ ਗੱਲਾਂ ਲਾਸਟ ਟਾਈਮ ਤੁਸੀਂ ਕਿਹਾ ਸੀ ਮੈਂ ਕੌਣ ਦਾ ਮੈਂ ਨਹੀਂ ਗਿਆ ਝੂਠ ਬੋਲਦੇ ਨੇ ਇਹਨਾਂ ਦਾ ਵਿਆਹ ਹੋਇਆ ਹੋਇਆ ਮੈਂ ਇੰਟਰਵਿਊ ਤਾਂ ਲਿਖ ਕੇ ਦੁਬਾਰਾ ਭੇਜ ਦੂੰਗਾ ਮੈਂ ਕਦੋਂ ਗਿਆ ਜੀ ਓਕੇ ਸੁਖ ਸਰ ਦੇ ਨਾਲ ਤੁਸੀਂ ਪਹਿਲਾਂ ਵੀ ਜਾਣੇ ਕੀਤਾ ਹਨਾ ਤੇ ਉਹਨਾਂ ਦੇ ਨਾਲ ਹੀ ਤੁਸੀਂ ਕਹਿੰਦੇ 17 ਸਾਲ ਦੀ ਸੀ ਕਹਿੰਦੇ ਜੀ ਹਾਂਜੀ ਫਿਰ ਜਦੋਂ ਹੁਣ ਇਹਨਾਂ ਨੇ ਫਿਲਮ ਡਾਇਰੈਕਟ ਕੀਤੀ ਕੁਝ ਡਿਫਰੈਂਸ ਲੱਗਾ ਹਾਂਜੀ ਮੈਨੂੰ ਲੱਗਦਾ ਸੁਖ ਫਿਲਮ ਦੇ ਸੈੱਟ ਦੇ ਉੱਤੇ ਜ਼ਿਆਦਾ ਕੰਮ ਮਿਊਜ਼ਿਕ ਵੀਡੀਓ ਸੈੱਟ ਤੇ ਕਿਉਂਕਿ ਸਾਰਾ ਮਿਊਜ਼ਿਕ ਵੀਡੀਓ ਤੇ ਜ਼ੋਰ ਚ ਸਟ੍ਰੈਸਫੁਲ ਹੁੰਦਾ ਨਾ ਕੰਮ ਦੋ ਦਿਨ ਚ ਮਿਊਜ਼ਿਕ ਵੀਡੀਓ ਖਤਮ ਕਰਨੀ ਹੁੰਦੀ ਹੈ ਸੋ ਉਹਦੇ ਵਿੱਚ ਜ਼ਿਆਦਾ ਸਟ੍ਰੈਸਫੁਲ ਹੁੰਦਾ ਬਟ ਮੂਵੀ ਦੇ ਦੌਰਾਨ ਬਹੁਤ ਬਹੁਤ ਕੰਮ ਸੀਗਾ ਮੈਂ ਤਾਂ ਸਰਪ੍ਰਾਈਜ਼ਡ ਸੀ ਆਈ ਵਾਸ ਲਾਈਕ ਓਕੇ ਸੁਖ ਵਾਸ ਵੈਰੀ ਕੰਮ ਯਾ ਤੇ ਅਰਮਾਨ ਬੇਦੀ ਨਾਲ ਕ੍ਰਿਸ਼ਨੀ ਕਿਹੋ ਜਿਹੀ ਤੇ ਜਦੋਂ ਪਹਿਲੀ ਮੁਲਾਕਾਤ ਹੋਈ ਸੀ ਕੀ ਮਾਈਂਡ ਚ ਆਇਆ ਸੀ ਵੀ ਅੱਛੀ ਬਣ ਜੂਗੀ ਕੈਮਿਸਟਰੀ ਹਾਂਜੀ ਬਿਲਕੁਲ ਅਰਮਾਨ ਨੂੰ ਮੈਂ ਪਹਿਲੀ ਵਾਰੀ 에어ਪੋਰਟ ਤੇ ਮਿਲੀ ਸੀਗੀ ਮੈਨੂੰ ਲੱਗਿਆ ਉਹਦੇ ਮਾਸਕ ਉਹਦੇ ਕੋਵਿਡ ਚੱਲਦਾ ਸੀ ਕੋਵਿਡ ਟਾਈਮ ਤੇ ਮਾਸਕ ਲੱਗਿਆ ਸੀ ਉਹਦੇ ਮੈਂ ਦੇਖਿਆ ਮੈਂ ਕਿਹਾ ਆਈ ਥਿੰਕ ਦੈਟਸ ਅਰਮਾਨ ਹਨਾ ਤੇ ਮੈਂ ਬੁਲਾਇਆ ਉਸ ਦੇ ਕਿ ਹਾਊਸ ਗੋਇੰਗ ਹਨਾ ਗੱਲ ਕੀਤੀ ਅਸੀਂ ਸਾਡੀ ਸੀਟਾਂ ਵੀ ਇਕੱਠੀਆਂ ਸੀਗੀਆਂ ਸੋ ਪਲੇਨ ਦੇ ਵਿੱਚ ਕਾਫੀ ਗੱਲਬਾਤ ਹੋਈ ਤੇ ਪਤਾ ਸੀਗਾ ਯੂ نو ਵਧੀਆ ਬੌਂਡਿੰਗ ਬਣ ਗਈ ਸੀ ਪਹਿਲਾਂ ਤੇ ਜਦੋਂ ਇਹ ਕੈਰੈਕਟਰ ਮਿਲਿਆ ਹੋਗਾ ਮੈਨੂੰ ਲੱਗਦਾ ਇੱਕ ਖੁਸ਼ੀ ਇਹ ਵੀ ਹੋਈ ਹੋਊਗੀ ਨਾ ਜਦੋਂ ਤੁਸੀਂ ਤੁਹਾਡੀ ਲੈਂਗੁਏਜ ਉਸ ਹੱਦ ਦੀ ਆ ਵੀ ਇਹਦੇ ਵਿੱਚ ਇਦਾਂ ਹੀ ਬੋਲਣਾ ਪਣਾ ਆ ਉਹ ਚੀਜ਼ ਵੀ ਥੋੜੀ ਵਧੀਆ ਲੱਗੀ ਹੋਊਗੀ ਹਾਂਜੀ ਬਹੁਤ ਹਾਂ ਉਹਦੇ ਨਾਲ ਇਟ ਵਾਸ ਈਜ਼ੀ ਪੰਜਾਬੀ ਤਾਂ ਚਲੋ ਨਹੀਂ ਪ੍ਰੋਬਲਮ ਹੈਗੀ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਜਿਹੜੀ ਆਪਾਂ ਪਹਿਲਾਂ ਹਾਂਜੀ ਹਾਂਜੀ ਪੰਜਾਬੀ ਦੇ ਵਿੱਚ ਨਹੀਂ ਪ੍ਰੋਬਲਮ ਹੈਗੀ ਦਸ ਯੂ نو ਗੁੱਡ ਥਿੰਗ ਸੋ ਯਾ ਬਟ ਵਧੀਆ ਸੀ ਇਹਦੇ ਵਿੱਚ ਇੰਗਲਿਸ਼ ਵੀ ਬੋਲੀ ਪੰਜਾਬੀ ਵੀ ਬੋਲੀ ਜੋ ਰੀਅਲ ਲਾਈਫ ਦੇ ਵਿੱਚ ਹਨਾ ਬਾਹਰ ਜਿੱਦਾਂ ਹੁੰਦਾ ਮਾਹੌਲ ਹੁੰਦਾ ਹੀ ਤੇ ਲਾਸਟ ਵਿੱਚ ਦੱਸੋ ਵੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਆ ਰਹੇ ਇਸ ਤੋਂ ਇਲਾਵਾ ਹੁਣ ਮੈਂ ਹੋਰ ਵੀ ਨਹੀਂ ਪ੍ਰੋਮੋਸ਼ਨ ਕਰਨਾ ਚਾਹੁੰਦੀ ਨਹੀਂ ਅਸੀਂ ਤਾਂ ਜਾਣਨਾ ਚਾਹਾਂਗੇ ਨਾ ਪ੍ਰੋਮੋਸ਼ਨ ਬਟ ਆਊਟਲਾ ਆ ਰਹੀ ਆ ਆਊਟਲਾ ਦਾ ਟ੍ਰੇਲਰ ਬਹੁਤ ਸੋਹਣਾ ਉਹਦੀ ਮੁਬਾਰਕਾਂ ਹਾਂਜੀ ਥੈਂਕ ਯੂ ਸੋ ਮੱਚ ਮਜੇ ਮਜਾ ਆ ਰਹੀ ਆ ਉਹ ਸਪਟੈਂਬਰ 15 ਨੂੰ ਆ ਰਹੀ ਆ ਜੀ ਤੇ ਆਹ ਫਿਲਮ ਮਤਲਬ ਰਾਈਟ ਨਾਓ ਟੂ ਮੱਚ ਪੈਸਾ ਉਧਰੋਂ ਵੀ ਪੈਸਾ ਉਧਰੋਂ ਵੀ ਪੈਸਾ ਉਧਰੋਂ ਵੀ ਪੈਸਾ ਪਹਿਲਾਂ ਪਹਿਲਾਂ ਥੋੜੀ ਇਦਾਂ ਹੁੰਦਾ ਸੱਚੀ ਗੱਲ ਹੈ ਤੁਸੀਂ ਵਰਤੋਂ ਇਹ ਪਹਿਲਾਂ ਕੈਨੇਡਾ ਦੇ ਪੈਸਾ ਹੀ ਪੈਸਾ ਪੈਸਾ ਇਹ ਕਿਹੜਾ ਰੌਲਾ ਜੀ ਨਹੀਂ ਵਧੀਆ ਹੈ ਵਧੀਆ ਚੱਲ ਰਿਹਾ ਵਧੀਆ ਲੈਵਲ ਤੇ ਕੰਮ ਕਰਦੇ ਆ ਫਿਰ ਸਾਰੀ ਚੀਜ਼ਾਂ ਹੀ ਵਧੀਆ ਹੁੰਦੀਆਂ ਹਨਾ ਤੇ ਥੈਂਕ ਯੂ ਸੋ ਮੱਚ ਦੁਆਰਾ ਤੁਹਾਨੂੰ ਤੰਗ ਕਰ ਲਈ ਸੀ ਹੁੰਦੇ ਰਵਾਂਗੇ ਕਿਉਂਕਿ ਸਾਨੂੰ ਪੈਸੇ ਤੰਗ ਕੰਮ ਦੇ ਮਿਲਦੇ ਆ ਤੁਹਾਡੇ ਕੁਰਕਰੇ ਕੁਰਕਰੇ ਨਹੀਂ ਸੌਰੀ ਕੀ ਹੈ ਪੌਪਕੌਰਨ ਦਾਣੇ ਪੌਪਕੌਰਨ ਦਾਣੇ ਨਹੀਂ ਲੈਂਗੁਏਜ ਖਿੱਲਾ ਖਿੱਲਾ ਪੰਜਾਬੀ ਸੰਗਣੇ ਖਿੱਲਾ ਤੇ 4 ਅਗਸਤ ਨੂੰ ਫਿਲਮ ਕਿਹੜੀ ਆ ਰਹੀ ਹੈ ਮੁੰਡਾ ਸਾਊਥ ਹਾਲ ਦਾ ਤੇ ਸਾਰੇ ਦੇਖਣ ਜੁਰ ਹੋਇਆ ਸਾਰੇ ਡਰਪਰ ਹਾਂਜੀ ਸਾਰੇ ਜਿਹੜੇ ਦੇਖਣ ਜਾਇਓ ਮੁੰਡਾ ਸਾਊਥ ਹਾਲ ਦਾ 4 ਅਗਸਤ ਨੂੰ ਆ ਜਾਣੀ ਹੈ ਤੇ ਤੁਸੀਂ ਦੇਖਣ ਜਾਓਗੇ ਅਸੀਂ ਪ੍ਰੀਮੀਅਰ ਤੇ ਦੇਖ ਲਈ ਜਿਹਨਾਂ ਦਾ ਫਾਇਦਾ ਹੋ ਜੀ ਚਲੋ ਬਹੁਤ ਵਧੀਆ ਤੇ ਸਾਰੇ ਜਿਹੜੇ ਜਰੂਰ ਦੇਖਣ ਜਾਇਓ ਬਹੁਤ ਅੱਛੀ ਫਿਲਮ ਆ ਬਹੁਤ ਵਧੀਆ ਤੁਸੀਂ ਬਹੁਤ ਲਾਈਕ ਕਰੋਗੇ ਸੋ ਯਾ ਫੋਰਥ ਅਗਸਤ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ